ਫਰੈਂਡ, ਕੀ ਹਾਲ ਚਾਲ? ਹੋਪ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਹੋਵੋਗੇ। ਵੈਲਕਮ ਟੂ ਬੈਕ ਟੂ ਅਨਦਰ ਬਲੌਗ। ਅਤੇ ਅੱਜ ਆਪਾਂ ਚੱਲੇ ਹਾਂ ਮਣੀਮਹਿਸ਼ ਕਲਾਸਪੁਰ ਯਾਤਰਾ ਕੋਲ। ਸ਼ੰਕਰ ਮਹਾਰਾਜ ਜੀ ਦਾ ਆਦੇਸ਼ ਹੋ ਗਿਆ ਅਤੇ ਆਪਾਂ ਚੱਲੇ ਅੱਜ ਮਣੀਮਹਿਸ਼ ਯਾਤਰਾ ਲਈ। ਅਤੇ ਪਹਿਲੇ ਸ਼ੰਕਰ ਮਹਾਰਾਜ ਅੱਗੇ ਨਮਸਤਕ ਹੋ ਕੇ, ਭੋਲੇ ਬਾਬਾ ਜੀ ਦਾ ਅੱਗੇ ਨਮਸਤਕ ਹੋ ਕੇ, ਅਤੇ ਆਪਾਂ ਹੁਣ ਘਰ ਤੋਂ ਨਿਕਲਣ ਲੱਗੇ ਹਾਂ। ਅਤੇ ਜੁੜੇ ਰਹਿਣਾ ਬਲੌਗ ਦੇ ਨਾਲ, ਅਤੇ ਮਿਲਦੇ ਹਾਂ ਤੁਹਾਨੂੰ ਬਲੌਗ ਦੇ ਵਿੱਚ। ਜੈ ਜੈ ਸ਼ੰਕਰ ਜੀ। ਗੁੱਡ ਮੋਰਨਿੰਗ ਗਾਇਜ਼, ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਸ਼ੰਕਰ ਜੀ। ਮਣੀਮਹਿਸ਼ 25 ਤਰੀਕ ਦੀ ਅਪਡੇਟ, ਟਾਈਮ ਹੋ ਗਿਆ ਹੈ 6:15 ਸੰਡੇ, ਅਤੇ ਰਸ਼ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਕੱਲ੍ਹ ਨੂੰ 26 ਨੂੰ ਜਨਮ ਅਸ਼ਟਮੀ ਹੈ, ਜਿਸ ਕਾਰਨ ਬਹੁਤ ਹੀ ਜ਼ਿਆਦਾ ਰਸ਼ ਹੈ। ਪਿੱਛੇ ਵੀ ਦੇਖ ਸਕਦੇ ਹੋ ਲਗਭਗ 400-500 ਗੱਡੀ ਫਸੀ ਹੋਈ ਹੈ, ਅਤੇ ਮੀਂਹ ਵੀ ਲੱਗਿਆ ਪਿਆ, ਮੌਸਮ ਵੀ ਥੋੜ੍ਹਾ ਖਰਾਬ ਹੈ। ਅਤੇ ਸਾਹਮਣੇ ਦੇਖ ਸਕਦੇ ਹੋ ਆਪਾਂ ਫਿਲਹਾਲ ਬਰਮੋਰ ਤੋਂ ਬਹੁਤ ਜ਼ਿਆਦਾ ਪਿੱਛੇ ਹਾਂ, ਅਤੇ ਲਗਭਗ ਸਾਨੂੰ 2 ਘੰਟੇ ਹੋ ਗਏ ਖੜ੍ਹੇ। ਅਤੇ ਅੱਗੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ, ਅਤੇ ਜੁੜੇ ਰਹਿਣਾ। ਫਾਈਨਲੀ ਆਪਾਂ ਪਹੁੰਚ ਚੁੱਕੇ 84 ਮੰਦਰ। ਇਸ ਤੋਂ ਬਾਅਦ ਜਾਵਾਂਗੇ ਆਪਾਂ ਬਰਮਾਣੀ ਮਾਤਾ ਮੰਦਰ, ਉਹ ਸਾਹਮਣੇ ਰਿਹਾ 84 ਮੰਦਰ, ਅਤੇ ਸ਼ੰਕਰ ਮਹਾਰਾਜ ਦਾ ਮੰਦਿਰ, ਯਮਰਾਜ ਜੀ ਦਾ ਮੰਦਿਰ, ਬਹੁਤ ਸਾਰੇ ਮੰਦਿਰ ਹੈ, ਇੱਥੇ ਆ ਕੇ ਵਿਜ਼ਿਟ ਕਰਾਂਗੇ। ਸਭ ਤੋਂ ਪਹਿਲੇ ਮੇਰਾ ਕੰਮ ਹੈ ਮਣੀਮਹਿਸ਼ ਯਾਤਰਾ ਆਉਣ, ਮੇਨ ਮਕਸਦ ਇਹੀ ਹੈ ਕਿ ਪਹਿਲਾਂ ਤੁਸੀਂ ਬ੍ਰਹਮਾਣੀ ਮੱਥਾ ਟੇਕ ਕੇ ਆਓਗੇ ਤਾਂ ਯਾਤਰਾ ਤੁਹਾਡੀ ਲੱਗੂਗੀ, ਇਤਨਾ ਅਦਰਵਾਈਜ਼ ਨਹੀਂ ਲੱਗੂਗੀ। ਬਾਕੀ ਕੱਲ੍ਹ ਨੂੰ ਜਨਮ ਅਸ਼ਟਮੀ ਹੈ, ਮੇਲੇ ਦੀ ਤਿਆਰੀ ਹੈ, ਬਾਕੀ ਤੁਸੀਂ ਬਲੌਗ ਦੇ ਨਾਲ ਜੁੜੇ ਰਹਿਣਾ। ਸ਼ੋਰਟ ਰਸਤਾ ਚੂਜ਼ ਕੀਤਾ, ਸਾਹਮਣੇ ਬੈਠੇ ਗੁੱਚੀ ਗੈਂਗ। ਹੈਲੋ, ਕੈਸੇ ਹੋ? ਅਤੇ ਮੰਤਰੀ ਜੀ ਦੀ ਸੈਕਿੰਡ ਟਾਈਮ ਯਾਤਰਾ ਹੈ, ਬੋਲਣਾ ਚਾਹੁੰਦੇ ਕੁਛ ਪ੍ਰਵਚਨ ਭਾਈ ਜੀ? ਬਹੁਤ ਵਧੀਆ ਯਾਤਰਾ ਕਰਨੀ ਚਾਹੀਦੀ, ਬੜੀ ਸੱਚੇ ਮਨ ਨਾਲ ਸ਼ਰਧਾ ਨਾਲ ਸ਼ਰਧਾ ਨਾਲ ਯਾਤਰਾ ਕਰਨੀ ਚਾਹੀਦੀ ਹੈ, ਕਲੋਲ ਵੀ ਹੋ ਜਾਂਦੀ ਕਿਸੇ ਟਾਈਮ। ਅਤੇ ਸਾਡਾ ਯਾਰ, ਚਲੋ ਜੀ, ਅਤੇ ਅੱਗੇ ਤੁਹਾਨੂੰ ਦੱਸਦੇ ਹਾਂ, ਵਿਊ ਚੈੱਕ ਕਰਾਉਂਦੇ ਹਾਂ ਪ੍ਰੋਗਰਾਮ। ਲੱਤਾਂ ਚੱਲਦੀਆਂ ਨਹੀਂ ਪਈਆਂ, ਸਵੇਰ ਦੇ ਆਪਾਂ 2 ਘੰਟੇ ਖੱਜਲ ਹੋਏ ਹਾਂ ਪੂਰੇ, ਸ਼ੂਜ਼ ਆਪਾਂ ਘਰ ਰੱਖਿਆ, ਚੱਪਲਾਂ 'ਚ ਹੀ ਕਰਦੇ ਪਏ ਹਾਂ ਸਫ਼ਰ। ਅਤੇ ਬਾਕੀ ਯਾਤਰਾ ਸਾਡੀ ਸਫਲ ਕਰਾਉਣਗੇ ਡਗੋਰਾ ਭਾਜੀ। ਸਤਮ ਗੇਟ ਆ ਮਾਂ ਬ੍ਰਹਮਾਣੀ ਦੇਵੀ ਦਾ, ਇਸ ਤੋਂ ਉੱਪਰ 1.5 ਕਿਲੋਮੀਟਰ ਜਾ ਕੇ ਮਾਤਾ ਦਾ ਮੰਦਿਰ ਹੈ, ਅਤੇ ਰਾਸਤਾ ਬਹੁਤ ਔਖਾ ਹੈ। ਸਾਰੇ ਲੈ ਜਾਏ ਦੇ ਦਿਓ ਯਾਰ, ਸਾਰੇ ਦੇ ਦਿਓ, ਐਪਲ ਦੇ ਦਿਓ ਯਾਰ, ਐਪਲ ਬਾਏ ਕਰ ਦਿਓ। ਅੱਛਾ ਆ ਕੇ ਦਿੱਤੇ ਹੈ। ਅੱਧਾ
ਰਸਤਾ ਕਵਰ ਕਰਨ ਤੋਂ ਬਾਅਦ ਐਨਰਜੀ ਹੋ ਗਈ ਹੈ ਖਤਮ। ਬਹੁਤ ਵਧੀਆ ਲੱਗ ਰਿਹਾ ਹੈ ਅਤੇ ਬਸ ਥੋੜ੍ਹੀ ਦੂਰ ਠੰਡਾ ਮੌਸਮ ਬਹੁਤ ਹੀ ਠੰਡਾ ਹੈ। ਸਾਨੂੰ 2 ਘੰਟੇ ਹੋ ਗਏ ਚੱਲਦੇ ਨੂੰ ਅਤੇ ਰੁਕ ਰੁਕ ਕੇ ਆਏ ਹਾਂ ਅਤੇ ਬਸ 5-10 ਮਿੰਟ 'ਤੇ ਪੁੱਜਣਾ ਉੱਪਰ ਭਰਵਾਣੀ ਮਾਤਾ ਦੇਵੀ ਮਾਤਾ ਮੰਦਿਰ, ਫਿਰ ਇਸ਼ਨਾਨ ਕਰਕੇ ਉਸ ਤੋਂ ਬਾਅਦ ਮੱਥਾ ਟੇਕ ਕੇ ਫਿਰ ਆਪਾਂ ਥੱਲੇ ਆ ਕੇ ਫਿਰ ਆਪਾਂ ਕੱਲ੍ਹ ਨੂੰ ਕਰਾਂਗੇ ਮਣੀਮਹਿਲ ਦੀ ਯਾਤਰਾ। ਅਤੇ ਅੱਜ ਟਾਈਮ ਮਿਲ ਗਿਆ ਸ਼ਾਮ ਨੂੰ ਕਿਉਂਕਿ ਟ੍ਰੈਫਿਕ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਕੱਲ੍ਹ ਨੂੰ ਜਨਮਾਸ਼ਟਮੀ ਹੈ, ਇਸ ਕਾਰਨ ਇੰਨੀ ਕੁ ਟ੍ਰੈਫਿਕ ਹੈ ਕਿ 1000+ ਗੱਡੀ ਬਨਮੋਰ 'ਚ ਖੜ੍ਹੀ ਹੈ ਜਿਸ ਕਾਰਨ ਅੱਗੇ ਨਹੀਂ ਜਾਣ ਦਿੰਦੇ। ਕੋਸ਼ਿਸ਼ ਇਹ ਹੈ ਕਿ ਆਪਾਂ ਸ਼ਾਮ ਨੂੰ ਹਸਪਤਾਲ ਨਿਕਲ ਜਾਈਏ, ਉੱਥੇ ਸਟੇਅ ਕਰਕੇ ਫਿਰ ਅਗਲੇ ਦਿਨ ਆਪਾਂ ਮਣੀਮਹਿਲ ਦੀ ਯਾਤਰਾ ਸ਼ੁਰੂ ਕਰ ਦੇਈਏ। ਬਾਕੀ ਕੰਟੀਨਿਊ ਰਹਿਣਾ ਅਤੇ ਮਿਲਦੇ ਹਾਂ। ਜਿਹੜਾ ਇੱਥੋਂ ਦਾ ਵਿਊ ਹੈ ਬਹੁਤ ਹੀ ਜ਼ਿਆਦਾ ਘੈਂਟ ਹੋ ਗਿਆ ਹੈ। ਟਾਈਮ ਹੋ ਗਿਆ 3:02 ਅਤੇ ਈਵਨਿੰਗ ਵਿਊ ਹੈ ਬਹੁਤ ਹੀ ਕਲਾਸੀਕਲ ਅਤੇ ਬਸ ਥੋੜ੍ਹੀ ਡੈਸਟੀਨੇਸ਼ਨ ਦੀ ਹੈ, ਫਿਰ ਆਪਾਂ ਮਿਲਦੇ ਤੁਹਾਨੂੰ ਉੱਪਰ। ਫਾਈਨਲੀ ਗਾਇਜ਼ ਆਪਾਂ ਪਹੁੰਚ ਚੁੱਕੇ ਹਾਂ ਬਰਮਾਣੀ ਮਾਤਾ ਮੰਦਿਰ, ਪ੍ਰਥਮ ਦਰਸ਼ਨ। ਇਸ ਤੋਂ ਬਾਅਦ ਆਪਾਂ ਨਹਾ ਕੇ ਇਸ਼ਨਾਨ ਕਰਕੇ ਉਸ ਤੋਂ ਬਾਅਦ ਆਪਾਂ ਮੱਥਾ ਟੇਕਾਂਗੇ। ਜੈ ਮਾਤਾ ਦੀ। ਫਾਈਨਲੀ ਗਾਇਜ਼ ਸਨਾਨ ਕਰਨ ਤੋਂ ਬਾਅਦ ਆਪਾਂ ਲੱਗੇ ਲੈਨ ਬਹੁਤ ਜ਼ਿਆਦਾ ਵੱਡੀ ਹੈ ਸ਼ਰਧਾਲੂਆਂ ਦੀ, ਸਾਰੇ ਮੱਥਾ ਟੇਕਣ ਜਾਣਗੇ ਮਾਤਾ ਦੇ ਮੰਦਰ। ਉਸ ਤੋਂ ਬਾਅਦ ਥੱਲੇ ਜਾ ਕੇ ਮੰਦਰ ਮੱਥਾ ਟੇਕ ਕੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਹਾਟਸਰ। ਹਾਟਸਰ ਤੋਂ ਕੱਲ੍ਹ ਤੋਂ ਯਾਤਰਾ ਸ਼ੁਰੂ ਕਰਾਂਗੇ। ਹਾਂਜੀ, ਸਾਹਮਣੇ ਵਿਊ ਬਹੁਤ ਘੈਂਟ ਹੈ, ਦੇਖੋ ਈਵਨਿੰਗ ਵਿਊ ਬਹੁਤ ਹੀ ਘੈਂਟ ਆ। ਅੱਧਾ ਘੰਟਾ ਵੇਟ ਕਰਕੇ ਉਸ ਤੋਂ ਬਾਅਦ ਵਾਰੀ ਆਈ ਹੈ ਸਾਹਮਣੇ ਮੰਦਿਰ ਮਾਤਾ ਮੰਦਿਰ, ਉੱਥੇ ਮੱਥਾ ਟੇਕ ਕੇ ਜੈ ਮਾਤਾ ਦੀ, 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 ਜੈ ਮਾਤਾ ਵਾਲੀ ਜੀ ਦਾ
ਫਾਈਨਲੀ ਇਹ ਸੀ ਮੇਰਾ ਬਲੌਗ ਬਰਮੋਰ ਟੂ ਬਰਮਾਣੀ ਮਾਤਾ ਮੰਦਿਰ। ਮਿਲਦੇ ਹਾਂ ਨੈਕਸਟ ਬਲੌਗ 'ਚ, ਖਾਸਟਰ ਟੂ ਮਣੀਮਹੇਸ਼। ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਮਿਲਣਾ। ਜਲਦ ਤੋਂ ਜਲਦ ਮਿਲਦੇ ਹਾਂ। ਜੈ ਸ਼ੰਕਰ ਜੀ, ਬਾਏ ਬਾਏ।